ਅਸਲਾਮੁਅਲੈਕੁਮ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਸਿਹਤ ਵੀ ਤਾਂ ਠੀਕ ਨੇ ਲੋ ਦੋਸਤੋ ਆਹ ਪੱਠੀਆਂ ਪੱਠੇ ਤੇ ਬੱਚੇ ਆ ਤੇ ਖੜਾ ਲੱਗਿਆ ਵੱਜ ਵੱਜ ਬੁਰਾ ਹਾਲ ਕਰਤਾ ਇਹਨਾਂ ਨੇ ਠੀਕ ਹੈ ਤੇ ਤੁਹਾਨੂੰ ਮੈਂ ਕਰਵਾਉਂਦਾ ਵਾ ਸ਼ੌਕ ਤੁਸੀਂ ਕਰੋ ਸ਼ੌਕ ਤੇ ਅੱਖਾਂ ਇਹਨਾਂ ਦੀਆਂ ਚੈੱਕ ਕਰ ਲੈਣਾ ਤੇ ਪਰਵਾਹ ਦੀ 100% ਹੋਣਗੇ ਠੀਕ ਹੈ ਇੱਕ ਮੀਆਂ ਨਜ਼ੀਰ ਸਾਹਿਬ ਵਾਲਾ ਜੀ ਆਹ ਸਾਹਮਣੇ ਕਾਲੇ ਪੱਲਿਆਂ ਵਾਲਾ ਠੀਕ ਹੈ ਤੇ ਬਾਕੀ ਜਨਾਬ 25 ਤੋਂ 26 ਹੈਗੇ ਨੇ ਠੀਕ ਹੈ ਬਾਕੀ ਤੁਸੀਂ ਆਹ ਸ਼ੋਅ ਕਰੋ ਤੇ ਪਿਜਨ ਲਵ ਚੈਨਲ ਨੂੰ ਲਾਈਕ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਸਾਰਾ ਜੋ ਵੀ ਤੁਹਾਡੇ ਕੋਲ ਬਾਸਾਨੀ ਆ ਜਾਏ ਤੇ ਟੱਪਦੇ ਬੜੇ ਪਏ ਨੇ ਤੇ ਆਹ ਪੀਸ ਨੇ ਜਨਾਬ ਠੀਕ ਹੈ ਚੌਧਰੀ ਸਾਹਿਬ ਵਾਲੇ ਤੇ ਮਹਿਰਾਂ ਵਾਲੇ ਠੀਕ ਹੈ ਮਿਕਸ ਹੈਗੇ ਨਾ ਚੌਧਰੀ ਸਖੀ ਭੱਟੀ ਸਾਹਿਬ ਵਾਲੇ ਠੀਕ ਹੈ ਤੇ ਬਾਕੀ ਜਨਾਬ ਸ਼ੋਅ ਕਰੋ ਤੇ ਧਾਗਾ ਸਾਫ ਠੀਕ ਆ ਤੇ ਵਿੱਚ ਚਾਰ ਜਿਹੜੇ ਆ ਉਹ ਪੱਟੀਆਂ ਪੱਟੇ ਜਿਹੜੇ ਛੋਟੇ ਆ ਜਿਹੜੇ 3 ਤੋਂ 4 ਪਰਦੇ ਆ ਬਾਕੀ ਤੁਸੀਂ ਆਹ ਸ਼ੋਅ ਕਰ ਲਓ ਠੀਕ ਹੈ ਤਾਂ ਰਿਜਨਲ ਹੈਗੇ ਨੇ ਰਾਸਾਂ ਰੂਸਾਂ ਦੀ ਕੋਈ ਚੱਕਰ ਨਹੀਂ ਹੈਗਾ ਤੇ ਉਹੀ ਬਲੱਡ ਲੈਣਾ ਜਿਹੜੀ ਵੀਡੀਓ ਮੈਂ ਲਾਈ ਸੀਗੀ ਠੀਕ ਹੈ ਬਾਕੀ ਤੁਸੀਂ ਆਹ ਵੇਖ ਲੈਣਾ ਵਿੱਚ ਦਾਦਾ ਸਾਫ ਆ 3-4 ਜਿਹੜੇ ਉਹ 5-5, 6-6 ਪਰ 4-4 ਪਰ ਜਿਹੜੇ ਹੈਗੇ ਨੇ ਠੀਕ ਹੈ ਤੇ ਬਾਕੀ ਜਨਾਬ ਲੈਣੇ ਹੋ ਰਾਤਾ ਗੱਲ ਬਾਤ ਕਰ ਲਿਓ ਤੇ ਇਨਸ਼ਾਅੱਲਾ ਮਿਲ ਜੂਗੇ ਕੱਪਦੇ ਬੜੇ ਪਏ ਨੇ ਉਹ ਸਲਾਰਾ ਜੇ ਸਾਹਮਣੇ ਬੱਲੇ ਮੱਥੇ ਵਾਲਾ ਠੀਕ ਹੈ ਤੇ ਬਾਕੀ ਆਹ ਨੇ ਤੇ ਬਾਕੀ ਜਨਾਬ ਆ ਦੇਖ ਲੈਣਾ ਠੀਕ ਹੈ ਤੇ ਪੱਠੀਆਂ ਪੱਠੇ ਨੇ ਯਾਨੀ ਕਿ ਤਿਆਰ ਹੋਏ ਨੇ ਤੇ ਅੱਗੇ ਜਨਾਬ ਜਿਸ ਦੋਸਤ ਨੇ ਲੈਣੇ ਹੋਣ ਰਾਤਾ ਕਾਲ ਵਟਸਐਪ ਕਰ ਲਿਓ ਤੇ ਇਨਸ਼ਾਅੱਲਾ ਮਿਲ ਜੂਗੇ ਤੇ ਪੀਸ ਬੜੇ ਬੜੇ ਅੱਛੇ ਨੇ ਠੀਕ ਹੈ ਤੇ ਬਾਕੀ ਸ਼ੋਅ ਕਰੋ ਤੇ ਪੀਜਨ ਲੱਗ ਜਾਣ ਨੂੰ ਲਾਈਕ ਸਬਸਕ੍ਰਾਈਬ ਲਾਜ਼ਮੀ ਕਰੋ ਠੀਕ ਹੈ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਸਾਨੂੰ ਜਿਹੜੀ ਤੁਹਾਡੇ ਕੋਲ ਬਸ ਆਨੀ ਆ ਜਾਏ ਠੀਕ ਹੈ ਜੀ।